गाउन वाले कदे भी स्टार नहीं होंगे, नचार होंगे ने। सही है। ਪੈਣ ਚੋ ਹੈਗੀ ਆ ਯਾਰ ਕਲਮ, ਪੈਣ ਚੋ ਹੈਣਾ, ਮੰਨੋ ਨਾ ਮੰਨੋ ਯਾਰ, ਤੁਸੀਂ ਤੇ ਸਾਲਿਓ ਖਿੱਚਣਾ ਹੀ ਆ ਯਾਰ ਪੈਣ ਚੋ ਹੈਣਾ ਯਾਰ, ਪਰ ਸਾਲਾ ਐਪਰੀਸ਼ੀਏਟ ਕਰਨਾ ਪੜਦਾ, ਪਤੰਦਰ ਜ਼ਰਾ ਹੀ ਲਾਈ ਜਾਂਦਾ ਯਾਰ, ਪਤੰਦਰ ਚੋਟੀ ਦਾ ਲਿਖਾਰੀ ਆ ਯਾਰ, ਚੋਟੀ ਦਾ ਪੈਣ ਚੋ। ਜਿਹੜੇ ਜਿਹੜੇ ਬੰਦੇ ਸਾਡੇ ਨਾਲ ਖੇਡ ਖੜਈਆ ਕਰਨ ਦੀ ਸੋਚ ਰਹੇ ਹੋ, ਠੀਕ ਹੈ ਨਾ, ਕਰੋ ਜੀ ਸੜ ਕੇ ਕਰਿਓ, ਪਰ ਆਪਦੇ ਵਾਰੀ ਵੀਰੇ ਚੀਕ ਨਾ ਮਾਰਿਓ, ਕਿਉਂਕਿ ਫਿਰ ਅਸੀਂ ਵੀ ਨਵਜੀ ਦੱਬਾਂਗੇ ਜਦੋਂ ਦੱਬਣ ਤੇ ਆ ਗਏ। ਦੋਸਤੋ, ਕੀ ਹੁਣ ਸਿੱਧੂ ਮੂਸੇਵਾਲੇ ਵੱਲੋਂ ਆਪਣੀ ਨਵੀਂ ਐਲਬਮ ਮੂਸ ਟੇਪ ਦੇ ਅਗਲੇ ਗਾਣੇ ਮੂਸੇ ਡ੍ਰਿੱਲਾ ਵਿੱਚ ਬੱਬੂ ਮਾਨ ਨੂੰ ਜਵਾਬ ਦਿੱਤਾ ਗਿਆ ਹੈ ਤੇ ਪੂਰੇ ਗਾਣੇ 'ਚ ਜਵਾਬਾਂ ਨਾਲ ਰਿਕਾਰਡ ਤੋੜਨ ਵਾਲਾ ਕੰਮ ਕਰ ਦਿੱਤਾ? ਪੂਰੀ ਖਬਰ ਇੱਥੇ ਜਾਣਨ ਤੋਂ ਪਹਿਲਾਂ ਜੇਕਰ ਤੁਹਾਨੂੰ ਵੀ ਮੂਸੇ ਡ੍ਰਿੱਲਾ ਗਾਣਾ ਵਧੀਆ ਲੱਗਿਆ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ, ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਸਿੱਧੂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਉਹਨਾਂ ਦੀ ਮੂਸ ਟੇਪ ਐਲਬਮ ਵਿੱਚ ਸਾਰੇ ਗਾਣੇ ਹੀ ਉਹਨਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਆਧਾਰ ਤੇ ਲਿਖੇ ਹਨ, ਫਿਰ ਭਾਵੇਂ ਜਿਹੜਾ ਕੋਈ ਜੋ ਮਰਜ਼ੀ ਕਹੀ ਜਾਵੇ। ਜੀ ਹਾਂ ਦੋਸਤੋ, ਇਹ ਜਵਾਬ ਸਿੱਧੂ ਨੇ ਉਹਨਾਂ ਵਿਰੋਧੀਆਂ ਲਈ ਕਿਹਾ ਸੀ ਜੋ ਕਿ ਲਗਾਤਾਰ ਕਹਿ ਰਹੇ ਸਨ ਕਿ ਸਿੱਧੂ ਨੇ ਗਾਣੇ ਵਿੱਚ ਸਿਰਫ ਮੈਂ ਹੀ ਕੀਤੀ ਹੈ, ਹੋਰ ਕੋਈ ਵੀ ਗੱਲ ਨਹੀਂ। ਪਰ ਹੁਣ ਤੱਕ ਸਿੱਧੂ ਦੀ ਇਸ ਐਲਬਮ ਦੇ ਜਿੰਨੇ ਵੀ ਗਾਣੇ ਦੇਖ ਲਏ ਜਾਣ ਤਾਂ ਹਰ ਇੱਕ ਗਾਣਾ ਹੀ ਸੁਪਰਹਿੱਟ ਜਾ ਰਿਹਾ ਹੈ, ਤੇ ਇਸੇ ਤਰ੍ਹਾਂ ਹੀ ਡਿਵਾਈਨ ਨਾਲ ਸਿੱਧੂ ਦਾ ਗਾਣਾ ਮੂਸੇ ਡ੍ਰਿੱਲਾ ਵੀ ਸੁਪਰਹਿੱਟ ਰਿਹਾ। ਸਿੱਧੂ ਨੇ ਇਸ ਗਾਣੇ ਵਿੱਚ ਆਪਣੇ ਵਿਰੋਧੀਆਂ ਨੂੰ ਇੱਕ ਵਾਰ ਫਿਰ ਤੋਂ ਇਨਡਾਇਰੈਕਟਲੀ ਕਈ ਜਵਾਬ ਦਿੱਤੇ ਹਨ, ਤੇ ਫੈਨਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਜਵਾਬ ਸਿੱਧੂ ਨੇ ਬੱਬੂ ਮਾਨ ਨੂੰ ਵੀ ਦਿੱਤਾ ਹੈ। ਹਾਲਾਂਕਿ ਸਾਡੇ ਵੱਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ ਕਿਉਂਕਿ ਗਾਣੇ ਵਿੱਚ ਕਿਸੇ ਦਾ ਵੀ ਨਾਮ ਨਹੀਂ ਲਿਆ ਗਿਆ, ਪਰ ਫੈਨਸ ਸੋਸ਼ਲ ਮੀਡੀਆ ਤੇ ਲਗਾਤਾਰ ਇਹੀ ਗੱਲ ਕਰਦੇ ਨਜ਼ਰ ਆ ਰਹੇ ਹਨ। ਗੀਤ ਗਾਵਾਂ ਮੈਂ ਆਪਦੇ ਮੂਸੇ ਵਾਲਾ ਨਹੀਂ ਨਚਾਰ। ਜੀ ਹਾਂ ਦੋਸਤੋ, ਇਹ ਲਾਈਨਾਂ ਨੂੰ ਲੈ ਕੇ ਹੀ ਵਿਵਾਦ ਦਿਖਾਈ ਦੇ ਰਿਹਾ ਤੇ ਕਿਹਾ ਜਾ ਰਿਹਾ ਕਿ ਇੱਥੇ ਸਿੱਧੂ ਵੱਲੋਂ ਜਵਾਬ ਦਿੱਤਾ ਗਿਆ ਹੈ ਬੱਬੂ ਮਾਨ ਨੂੰ। ਇੱਥੇ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਬੱਬੂ ਮਾਨ ਆਪਣੇ ਇੱਕ ਲਾਈਵ ਸ਼ੋਅ ਦੌਰਾਨ ਗੱਲ ਕਰਦੇ ਨਜ਼ਰ ਆ ਰਹੇ ਹਨ ਕਿ ਗਾਉਣ ਵਾਲੇ ਨਚਾਰ ਹੀ ਹੁੰਦੇ ਹਨ। ਉਸੇ ਨਾਲ ਸਿੱਧੂ ਦੇ ਗਾਣੇ ਦੀਆਂ ਲਾਈਨਾਂ ਜੋੜ ਕੇ ਕਿਹਾ ਗਿਆ ਕਿ ਸਿੱਧੂ ਨੇ ਇੱਕ ਵਾਰ ਫਿਰ ਤੋਂ ਇੱਥੇ ਜਵਾਬ ਦਿੱਤਾ ਤੇ ਇਸੇ ਤਰ੍ਹਾਂ ਹੀ ਗਾਣੇ ਵਿੱਚ ਟੋਟਲੀ ਜਵਾਬਾਂ ਦੀ ਲੜੀ ਵੀ ਹੈ। ਗਾਉਣ ਵਾਲੇ ਕਦੇ ਵੀ ਸਟਾਰ ਨਹੀਂ ਹੁੰਦੇ, ਨਚਾਰ ਹੁੰਦੇ ਨੇ। ਸਹੀ ਹੈ। ਘੁਮਾ ਦੇਵੇ ਗੇਮ ਗੱਭਰੂ ਨੂੰ, ਹੁਕਮ ਦਾ ਯੱਕਾ ਕਹਿੰਦੇ ਆ, ਬੰਨ ਬੰਨ ਅੱਖਾਂ ਮਰਦਾ ਨਿਸ਼ਾਨੇ, ਨਿਸ਼ਾਨ ਚੀ ਪੱਕਾ ਕਹਿੰਦੇ ਆ, ਹੁਣ ਭੋਰਨੇ ਆ ਦੰਦ ਵੈਰੀਆਂ ਦੇ ਲੱਗੀ ਫੁੱਟ ਦੀ ਜ਼ਬਾਨ ਆ, ਫਿਕਰ ਪਿਆ ਹਨੇਰੀਆਂ ਨੂੰ ਵੇਖ ਆਉਂਦਾ ਚੜਿਆ ਤੂਫਾਨ ਆ, ਹੁਣ ਖੁੱਲ ਗਿਆ ਸਣ ਪਾਊਗਾ ਖਿਲਾਰੇ, ਕਹਿੰਦੀ ਉੱਡੀ ਉੱਡੀ ਮੈਂ ਵੀ ਸੁਣੀ ਇੱਕ ਗੱਲ, ਟੋਚ ਨਾਲੇ ਜੱਟ ਆ ਗਏ ਚੜ ਕੇ ਦੁਬਾਰੇ। ਗੱਲ ਜੇਕਰ ਮੂਸੇ ਡ੍ਰਿੱਲਾ ਗਾਣੇ ਦੇ ਰਿਕਾਰਡ ਬਣਾਉਣ ਦੀ ਕਰ ਲਈਏ ਤਾਂ ਇਸ ਵਾਰ ਇਹ ਗਾਣਾ ਵੀ ਪਿੱਛੇ ਨਹੀਂ ਰਿਹਾ, ਹਾਲਾਂਕਿ ਅਜੇ ਸਿਰਫ ਗਾਣੇ ਦੀ ਆਡੀਓ ਹੀ ਰਿਲੀਜ਼ ਕੀਤੀ ਗਈ ਹੈ। ਦੱਸਿਆ ਜਾ ਰਿਹਾ ਕਿ ਸਿੱਧੂ ਵੱਲੋਂ ਗਾਣੇ ਦੀ ਵੀਡੀਓ ਵੀ ਜਲਦ ਹੀ ਰਿਲੀਜ਼ ਕਰ ਦਿੱਤੀ ਜਾਵੇਗੀ, ਜਿਸ ਦੀ ਐਡੀਟਿੰਗ ਤੇ ਕੰਮ ਹੋਣਾ ਬਾਕੀ ਹੋ ਸਕਦਾ। ਦੱਸ ਦਈਏ ਕਿ ਮੂਸੇ ਡ੍ਰਿੱਲਾ ਗਾਣੇ ਦੇ ਪਹਿਲੇ 15 ਮਿੰਟ 'ਚ ਹੀ 500,000 ਭਾਵ ਕੇ 500,000 ਵਿਊਜ਼ ਹੋ ਚੁੱਕੇ ਸਨ, ਜੋ ਕਿ ਆਪਣੇ ਆਪ ਵਿੱਚ ਵੱਡਾ ਰਿਕਾਰਡ ਕਿਹਾ ਜਾ ਸਕਦਾ ਹੈ। ਵੱਡਾ ਰਿਕਾਰਡ ਇਸ ਲਈ ਕਿਉਂਕਿ ਇਸ ਦੇ ਸਾਰੇ ਵਿਊਜ਼ ਹੀ ਔਰਗੈਨਿਕ ਹਨ ਤੇ ਕਿਸੇ ਵੀ ਤਰ੍ਹਾਂ ਦੀ ਪ੍ਰਮੋਸ਼ਨ ਇਸ ਵਾਰ ਸਿੱਧੂ ਵੱਲੋਂ ਆਪਣੇ ਗਾਣੇ ਲਈ ਨਹੀਂ ਕੀਤੀ ਜਾ ਰਹੀ। ਮੂਸੇ ਡ੍ਰਿੱਲਾ ਗਾਣਾ ਜੋ ਕਿ ਡਿਵਾਈਨ ਵੱਲੋਂ ਪਿਛਲੇ ਸਾਲ ਹੀ ਐਲਾਨ ਕਰ ਦਿੱਤਾ ਗਿਆ ਸੀ, ਪਰ ਲਾਕਡਾਊਨ ਹੋਣ ਕਰਕੇ ਉਸ ਸਮੇਂ ਗਾਣਾ ਰਿਲੀਜ਼ ਨਹੀਂ ਹੋ ਸਕਿਆ। ਇਸ ਦੇ ਨਾਲ ਹੀ ਕਈ ਵੱਡੇ ਗਾਣੇ ਸਿੱਧੂ ਦੇ ਅਜੇ ਵੀ ਰਿਲੀਜ਼ ਲਈ ਪੈਂਡਿੰਗ ਹਨ। ਐਲਬਮ ਵਿੱਚ ਟੋਟਲ ਗਾਣੇ 30 ਹਨ ਤੇ ਤੁਸੀਂ ਸਾਰੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਐਲਬਮ ਕਿਸ ਲੈਵਲ ਤੱਕ ਸੁਪਰਹਿੱਟ ਜਾ ਸਕਦੀ ਹੈ। ਸਿੱਧੂ ਦੇ ਡਿਵਾਈਨ ਨਾਲ ਇਸ ਗਾਣੇ ਵਿੱਚ ਸਾਬਤ ਕਰ ਦਿੱਤਾ ਕਿ ਆਉਣ ਵਾਲਾ ਲੰਬਾ ਸਮਾਂ ਸਿੱਧੂ ਮੂਸੇਵਾਲੇ ਦਾ ਹੀ ਹੋਵੇਗਾ ਕਿਉਂਕਿ ਗਾਣੇ ਖੁਦ ਬੋਲਦੇ ਹਨ। ਤੇ ਦੋਸਤੋ, ਮੂਸੇ ਡ੍ਰਿੱਲਾ ਗਾਣੇ ਦੀ ਆਡੀਓ ਸੁਣ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਵੀਡੀਓ ਨਾਲ ਇਹ ਗਾਣਾ ਮੂਸੇ ਟੇਪ ਐਲਬਮ ਦਾ ਸਭ ਤੋਂ ਵੱਡਾ ਸੁਪਰਹਿੱਟ ਗਾਣਾ ਸਾਬਤ ਹੋ ਸਕਦਾ ਹੈ? ਇਸ ਬਾਰੇ ਸਾਨੂੰ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਇਸ ਦੇ ਨਾਲ ਹੀ ਇੰਸਟਾਗ੍ਰਾਮ ਉੱਪਰ ਵੀ ਵਾਇਰਲ ਪੰਜਾਬੀ ਗਿਆਨ ਨੂੰ ਫੋਲੋ ਜ਼ਰੂਰ ਕਰ ਲੈਣਾ, ਤੇ ਜੇਕਰ ਤੁਹਾਡੇ ਕੋਲ ਵੀ ਸਾਡੀ ਵੀਡੀਓ ਲਈ ਕੋਈ ਨਿਊਜ਼ ਹੈ ਤਾਂ ਸਾਨੂੰ ਤੁਸੀਂ ਉੱਥੇ ਦੱਸ ਸਕਦੇ ਹੋ। ਧੰਨਵਾਦ। ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ।